ਸੁਖਵਿੰਦਰਪਾਲ ਸੂਬਾ ਪ੍ਰਧਾਨ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਪਿਛਲੇ 3 ਸਾਲ ਤੋਂ ਬ੍ਰਾਹਮਣ ਭਲਾਈ ਬੋਰਡ ਤੇ ਸੰਸਕ੍ਰਿਤ ਵਿਦਿਆਲੇ ਦੀ ਖੋਲਣ ਦੀ ਤੇ ਸੰਸਕ੍ਰਿਤ ਭਾਸ਼ਾ ਨੂੰ ਪੀਟੈਟ 'ਚ ਪਾਉਣ ਦੀ ਮੰਗ ਤੇ ਸੰਘਰਸ਼ ਕਰ ਰਹੇ ਹਾਂ, ਪਰ ਪੰਜਾਬ ਸਰਕਾਰ ਨੇ ਬ੍ਰਾਹਮਣ ਸਮਾਜ ਨੂੰ ਅਣਗੌਲਿਆ ਕਰਕੇ ਰੱਖਿਆ ਹੋਇਆ। ਜਾਗੋ ਲਹਿਰ ਜੋ ਸਾਡੇ ਸਮਾਜ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਇੱਕ ਰੋਸ ਮਾਰਚ ਕੀਤਾ ਗਿਆ ਤਾਂ ਕਿ ਸਰਕਾਰ ਨੂੰ ਹਲੂਣਾ ਦੇ ਦਈਏ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ, ਜੇ ਹੋਰ ਵੋਟ ਬਣ ਸਕਦੇ ਨੇ ਸਾਨੂੰ ਕਿਸੇ ਨਾਲ, ਉਹ ਨਹੀਂ ਵਿਮੁਕਤ ਜਾਤੀ ਵੋਟ ਬਣ ਸਕਦਾ, ਭਲਾਈ ਵੋਟ ਕੰਬੋ ਭਲਾਈ ਵੋਟ ਬਣ ਸਕਦੇ ਨੇ, ਪਰ ਸਾਡੇ ਨਾਲ ਇਹ ਧੱਕਾ ਕਿਉਂ ਹੈ? ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇ ਸਾਡੀ ਇਹ ਮੰਗ ਪੂਰੀ ਨਾ ਕੀਤੀ ਤਾਂ ਅਸੀਂ 2022 ਦੇ ਵਿੱਚ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਕੋਈ ਫੈਸਲਾ ਲੈਣ ਵਾਸਤੇ ਮਜਬੂਰ ਹੋਏਗਾ, ਅਤੇ ਉਹਦਾ ਅਸੀਂ ਕੋਈ ਨਾ ਕੋਈ ਲੋਕਾਂ ਨੂੰ ਇਸ ਚੀਜ਼ ਦਾ, ਲੋਕਾਂ ਨੂੰ ਕੋਈ ਚੰਗੀ ਚੀਜ਼ ਲੈ ਕੇ ਦੇਵਾਂਗੇ ਤਾਂ ਕਿ ਬ੍ਰਾਹਮਣ ਸਮਾਜ ਬੁਲੰਦੀਆਂ 'ਤੇ ਜਾਵੇ। ਬ੍ਰਾਹਮਣ ਸਮਾਜ ਜਿੰਦਾਬਾਦ। ਜਿਹੜਾ ਰੋਸ ਮਾਰਚ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਖਤਮ ਕਰ ਰਿਹਾ? ਇਹ ਰੋਸ ਮਾਰਚ ਜ਼ਿਲ੍ਹਾ ਪਟਿਆਲੇ ਦਾ ਇਕੱਲੇ ਦਾ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਮਹਿਲ ਤੱਕ ਜਾਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਰੋਕ ਲਿਆ, ਜਿਸ ਕਰਕੇ ਅਸੀਂ ਇੱਥੇ ਆਪਣਾ ਧਰਨਾ ਮਾਰ ਕੇ ਬੈਠ ਗਏ। ਆਉਣ ਵਾਲੇ ਸਮੇਂ 'ਚ ਪੂਰਾ ਤਕੜਾ ਤਲਕ ਪੰਜਾਬ, ਜੇ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਕਿਉਂਕਿ ਪਿਛਲੇ ਜਦੋਂ MP ਦੀ ਇਲੈਕਸ਼ਨ ਸੀ, MP ਦੀ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਹਾਰਾਣੀ ਪ੍ਰਨੀਤ ਕੌਰ ਸਾਡੇ ਨਾਲ ਆ ਕੇ ਸਾਡੇ ਸੰਗਠਿਤ ਹੋਏ ਇਕੱਠ ਨੂੰ ਸੰਬੋਧਨ ਕਰਕੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਵੀ ਬ੍ਰਾਹਮਣ ਵੋਟ 'ਤੇ ਸਪੋਰਟ ਕਰਨ, ਮੈਂ ਪਾਰਲੀਮੈਂਟ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਤੋਂ ਭਲਾਈ ਬੋਰਡ ਬਣਵਾ ਕੇ ਦੇਣ ਦੀ ਪਾਬੰਦ ਹੋਵਾਂਗੀ। ਪਰ 3 ਸਾਲ ਹੋ ਗਏ ਉਹ ਲਾਰੇ ਲੱਪਿਆਂ ਜੀ, ਸਾਡਾ ਸਮਾਂ ਨਿਕਲ ਰਿਹਾ। ਅੱਜ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਿੰਨੇ ਤੁਸੀਂ ਸਾਥੀ ਪ੍ਰੈਸ ਵਾਲੇ ਇਕੱਠੇ ਹੋਏ ਹੋ, ਉਹਦੇ ਬਾਵਜੂਦ ਜਿੰਨਾ ਸਾਡਾ ਇਕੱਠ ਹੈ, ਸਮੁੱਚੀ ਬਲਾਦਰੀ ਦੀ ਪੰਚਾਇਤ ਹੋਈ ਹੈ, ਆਉਣ ਵਾਲੀ ਜਿਹੜੀ 2022 ਹੈ ਉਹ ਕਾਂਗਰਸ ਦੇ ਖਿਲਾਫ ਬਿਲਕੁਲ ਝੰਡਾ ਚੱਕ ਕੇ ਜਿਹੜਾ ਬੁਲੰਦ ਰਹੇਗਾ, ਕਾਂਗਰਸ ਦੇ ਅੰਗੇਸਟ ਵੋਟ ਪਾਵਾਂਗੇ ਅਤੇ ਘਰ ਘਰ ਰਲ ਕੇ ਜਗਾਵਾਂਗੇ ਜਾ ਕੇ, ਜਿੱਥੇ ਸਾਡਾ ਸਨਾਤਨੀ ਹਿੰਦੂ ਬ੍ਰਾਹਮਣ ਬੈਠਾ ਹੋਏਗਾ ਵੀ ਕਾਂਗਰਸ ਭਜਾਓ ਪੰਜਾਬ ਬਚਾਓ ਦੇ ਨਾਅਰੇ ਨਾਲ, ਤਾਂ ਬ੍ਰਾਹਮਣ ਆਪਣਾ ਜਿਹੜਾ ਮੈਦਾਨ 'ਚ ਆਏਗਾ। ਅਤੇ ਹਜੇ ਵੀ ਪੰਜਾਬ ਸਰਕਾਰ ਕੋਲ ਸਮਾਂ ਹੈ, ਇਸ ਸਮੇਂ ਨੂੰ ਰਹਿੰਦੇ ਹੋਏ ਜਿਹੜੀ ਸਾਡੀ ਮੰਗ ਹੈ, ਸਾਡਾ ਹੱਕ ਹੈ, ਜਮਹੂਰੀਅਤ ਹੱਕ ਨੂੰ ਸਾਡੀ ਝੋਲੀ 'ਚ ਪਾਏ, ਸਾਡਾ ਭਲਾਈ ਬੋਰਡ ਬਣਾ ਕੇ ਦੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਮੈਂ ਅਸ਼ਵਨੀ ਭਾਸਕਰ ਸ਼ਾਸਤਰੀ, ਔਰਗਨਾਈਜ਼ਿੰਗ ਸੈਕਟਰੀ ਪੰਜਾਬ, ਇਹ ਮੇਰੇ ਬੜੇ ਵੀਰ ਨੇ ਅਸ਼ਵਨੀ ਕੁਮਾਰ ਗੱਗੀ, ਇਹ ਸਾਡੇ ਪ੍ਰਧਾਨ ਜੀ ਹਰਿੰਦਰਪਾਲ ਸ਼ਰਮਾ ਕੌਰ ਜੀ ਵਾਲਾ। ਸੋ ਜਿਵੇਂ ਹੁਣੀ ਹੁਣੀ ਸਾਡੇ ਜਨਰਲ ਸਕੱਤਰ ਨੇ ਬਾਤ ਕਹੀ ਹੈ, ਬਿਲਕੁਲ ਸਹੀ ਹੈ ਕਿ ਪਿਛਲੇ 3 ਸਾਲਾਂ ਤੋਂ ਇਗਨੋਰ ਕਰਿਆ ਜਾ ਰਿਹਾ, ਤਾਂ ਇਹ ਸਿਰਫ ਅਸੀਂ ਪਟਿਆਲੇ ਜ਼ਿਲ੍ਹੇ ਵੱਲੋਂ ਕਰਿਆ, ਇਹ ਪੂਰੀ ਸਾਡੀ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਆ ਮੇਰੇ ਹੱਥ ਦੇ ਵਿੱਚ ਮੈਮੋਰੈਂਡਮ, ਅਤੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਇਹ 1000 ਘਰਾਂ ਦੇ ਸਾਈਨ ਪਏ ਨੇ, ਇਹ ਸਾਡੇ ਗਰਾਊਂਡ ਲੈਵਲ 'ਤੇ ਸਾਡੇ ਜਰਨਲ ਸਕੱਤਰ, ਸਾਡੇ ਸੂਬਾ ਪ੍ਰਧਾਨ ਨੇ ਅਤੇ ਬਾਕੀ ਸਾਡੇ ਸਾਰੀ ਟੀਮ ਨੇ ਘਰ ਘਰ ਜਾ ਕੇ ਕਰਾਏ ਨੇ। ਸੋ ਉਹਨਾਂ ਦੇ ਕਹਿਣ ਦਾ ਮਤਲਬ ਬਿਲਕੁਲ ਸਹੀ ਸੀ ਕਿ ਇਹ ਇਕੱਲੀ ਪਟਿਆਲੇ ਜ਼ਿਲ੍ਹੇ ਦੀ ਹੈ, ਅਤੇ ਇਦੋਂ ਬਾਅਦ ਤਾਂ ਅਸੀਂ ਅਲਖ ਪੂਰੇ ਪੰਜਾਬ 'ਚੋਂ ਜਗਾ ਕੇ ਆਵਾਂਗੇ ਜੇ ਸਾਡਾ ਭਲਾਈ ਬੋਰਡ ਬਣਾਇਆ ਨਾ ਗਿਆ। ਅਤੇ ਸਹੀ ਗੱਲ ਹੈ ਕਿ ਸਰਕਾਰ ਲਵੇ ਹਾਲੇ ਸਮੇਂ ਹੈ, ਇਸ ਬਾਤ ਨੂੰ ਇਗਨੋਰ ਨਾ ਕਰਿਆ ਜਾਵੇ, ਕਿਉਂਕਿ ਬਿਲਕੁਲ ਪਿਛਲੇ 3 ਸਾਲਾਂ ਤੋਂ ਅਸੀਂ ਵਾਰ ਵਾਰ ਆਵਾਜ਼ ਦੇ ਰਹੇ ਹਾਂ, ਤਾਂ ਅੱਜ ਆ ਗਰਾਊਂਡ ਲੈਵਲ 'ਤੇ ਸਾਡੇ ਹੱਥ 'ਚ ਪਏ ਨੇ, ਕੋਈ ਮੈਂ ਗੱਲੀ ਬਾਤੀ ਨਹੀਂ, ਇਹ ਲੋਕਾਂ ਦੇ ਸਾਈਨ ਸਮੇਤ ਨੰਬਰ ਸਮੇਤ ਐਡਰੈਸ, ਆ ਤੁਸੀਂ ਉਹਨਾਂ ਦੀ ਹੈਂਡ ਰਾਈਟਿੰਗ 'ਚ ਦੇਖ ਸਕਦੇ ਹੋ, ਇੱਕ ਹੁੰਦਾ ਨਾ ਆਪਾਂ ਕੰਪਿਊਟਰ ਦਾ ਡਾਟਾ ਦੇ ਦਿੰਦੇ ਹਾਂ, ਨੋ 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 ਨੋ, ਗਰਾਊਂਡ ਲੈਵਲ 'ਤੇ ਸਾਡੇ ਪ੍ਰਧਾਨ ਜਰਨਲ ਸਕੱਤਰ ਸੈਕਟਰੀ ਬਾਕੀ ਇਹਨਾਂ ਦੀ ਮਿਹਨਤ ਹੈ, ਇਹ ਸਦਕੇ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਹੱਥ 'ਚ ਹੈ। 1000 ਘਰ ਜਾਣੀ ਕਿੰਨੇ ਪਰਿਵਾਰ ਹੋ ਗਏ ਤੁਸੀਂ ਸੋਚੋ ਅੱਗੇ, ਤਾਂ ਇਹ ਹੁਣ ਪਟਿਆਲੇ ਜ਼ਿਲ੍ਹੇ 'ਚੋਂ ਲਹਿਰ ਚਲਾਈ ਹੈ ਇਹਨਾਂ ਨੇ, ਜਾਗੋ ਲਹਿਰ, ਅਤੇ ਪੂਰੇ ਪੰਜਾਬ 'ਚ ਜਲਦੀ ਦੇਖਿਓ ਕਿਵੇਂ ਫੈਲਦੀ ਹੈ, ਅਤੇ ਪੂਰੇ ਪੰਜਾਬ 'ਚੋਂ ਐਂ ਮੁਜ਼ਾਹਰੇ ਹੋਣਗੇ ਸਾਡੇ ਬ੍ਰਾਹਮਣਾਂ ਵੱਲੋਂ, ਬ੍ਰਾਹਮਣ ਏਕਤਾ ਜ਼ਿੰਦਾਬਾਦ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।